ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੜ੍ਹੋ ਪੰਜਾਬ 'ਤੇ। ਅੱਜ ਦੀ ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਕਿ 5ਵੀਂ ਅਤੇ 8ਵੀਂ ਦੇ ਸਰਟੀਫਿਕੇਟ ਕਿਵੇਂ ਡਾਊਨਲੋਡ ਕਰਨੇ ਹਨ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਵੀਡੀਓ। ਸਭ ਤੋਂ ਪਹਿਲਾਂ ਤੁਸੀਂ ਆਪਣੇ ਪੀਸੀ ਵਿੱਚ ਕਰੋਮ ਬਰਾਊਜ਼ਰ ਖੋਲ੍ਹਣਾ ਹੈ। ਉੱਥੇ ਤੁਸੀਂ ਟਾਈਪ ਕਰਨਾ ਹੈ PSEB.ac.in। ਜਿਵੇਂ ਤੁਸੀਂ ਇਹ ਸਾਈਟ ਓਪਨ ਕਰੋਗੇ ਤੁਹਾਡੇ ਸਾਹਮਣੇ ਵਾਲੀ ਸਾਈਟ ਓਪਨ ਹੋ ਜਾਏਗੀ। ਇਹ ਉਹੀ ਸਾਈਟ ਹੈ ਜਿੱਥੇ ਤੁਸੀਂ 5ਵੀਂ ਅਤੇ 8ਵੀਂ ਦੇ ਬੱਚਿਆਂ ਦੇ CC ਦੇ ਨੰਬਰ ਫਿਲ ਕੀਤੇ ਸੀਗੇ। ਇੱਥੇ ਤੁਸੀਂ ਸਭ ਤੋਂ ਪਹਿਲਾਂ ਸਕੂਲ 'ਤੇ ਕਲਿੱਕ ਕਰਨਾ ਹੈ ਅਤੇ ਨੀਚੇ ਲਿਖਿਆ ਆ ਰਿਹਾ ਹੈ ਪ੍ਰਾਇਮਰੀ ਐਂਡ ਮਿਡਲ ਸਕੂਲ ਲੌਗਿਨ। ਉੱਥੇ ਤੁਸੀਂ ਕਲਿੱਕ ਕਰੋਗੇ, ਇਵੇਂ ਦਾ ਪੇਜ ਤੁਹਾਡੇ ਸਾਹਮਣੇ ਓਪਨ ਹੋ ਜਾਏਗਾ। ਜਿਵੇਂ ਇਸ ਤਰ੍ਹਾਂ ਦਾ ਪੇਜ ਓਪਨ ਹੁੰਦਾ ਹੈ ਤੁਸੀਂ ਇੱਥੇ ਕਲਿੱਕ ਕਰੋਗੇ ਪ੍ਰਾਇਮਰੀ ਐਂਡ ਮਿਡਲ ਸਕੂਲ ਲੌਗਿਨ 2020-21। ਇਸ ਨੂੰ ਕਲਿੱਕ ਕਰਨ 'ਤੇ ਇਸ ਤਰ੍ਹਾਂ ਦਾ ਪੇਜ ਤੁਹਾਡੇ ਸਾਹਮਣੇ ਓਪਨ ਹੋ ਜਾਏਗਾ। ਇੱਥੇ ਤੁਸੀਂ ਆਪਣੇ ਸਕੂਲ ਦਾ UDI ਸਕੂਲ ਨਹੀਂ ਸਕੂਲ ਦਾ ਉਹੀ ਲੌਗਿਨ ID ਐਂਡ ਪਾਸਵਰਡ ਪਾਉਣਾ ਹੈ ਜੋ ਤੁਸੀਂ CC ਨੰਬਰ ਭਰਦੇ ਵਕਤ ਪਾਇਆ ਸੀਗਾ। ਜਿਵੇਂ ਤੁਸੀਂ ਉਹ ਕਰਕੇ ਫਿਰ ਸਿਲੈਕਟ ਸੈਸ਼ਨ ਕਰੋਗੇ 2020-21 ਅਤੇ ਉਸ ਤੋਂ ਬਾਅਦ ਤੁਸੀਂ ਲੌਗਿਨ 'ਤੇ ਕਲਿੱਕ ਕਰ ਦੇਣਾ ਹੈ। ਲੌਗਿਨ ਕਰਨ ਤੋਂ ਬਾਅਦ ਇਵੇਂ ਦਾ ਪੇਜ ਤੁਹਾਡੇ ਸਾਹਮਣੇ ਓਪਨ ਹੋ ਜਾਏਗਾ। ਇੱਥੇ ਤੁਹਾਡੇ ਸਕੂਲ ਦਾ ਨਾਮ ਵਗੈਰਾ ਸਾਰਾ ਲਿਖਿਆ ਜਾਏਗਾ। ਇੱਥੇ ਤੁਸੀਂ ਕਲਿੱਕ ਕਰਨਾ ਹੈ ਐਗਜ਼ਾਮੀਨੇਸ਼ਨ ਪੋਰਟਲ 'ਤੇ। ਜਿਵੇਂ ਤੁਸੀਂ ਇਸ 'ਤੇ ਕਲਿੱਕ ਕਰੋਗੇ ਨੀਚੇ ਆਪਸ਼ਨਸ ਆ ਜਾਣਗੀਆਂ। ਤੁਸੀਂ ਸਭ ਤੋਂ ਲਾਸਟ ਵਾਲੀ ਆਪਸ਼ਨ ਡਾਊਨਲੋਡ ਸਰਟੀਫਿਕੇਟ 'ਤੇ ਕਲਿੱਕ ਕਰਨਾ ਹੈ। ਫਿਰ ਇਸ ਤਰ੍ਹਾਂ ਪ੍ਰਾਈਮਰੀ ਐਂਡ ਮਿਡਲ ਸਰਟੀਫਿਕੇਟ ਫੋਰ ਮਾਰਚ 2020-21 ਲਿਖਿਆ ਆ ਜਾਏਗਾ। ਇੱਥੇ ਤੁਸੀਂ ਲਿੰਕ 'ਤੇ ਕਲਿੱਕ ਕਰੋਗੇ। ਜਿਵੇਂ ਤੁਸੀਂ ਲਿੰਕ 'ਤੇ ਕਲਿੱਕ ਕਰੋਗੇ ਤੁਹਾਡੇ ਸਕੂਲ ਦੇ ਸਾਰੇ ਬੱਚਿਆਂ ਦੇ ਜੋ ਰੋਲ ਨੰਬਰ, ਰਜਿਸਟ੍ਰੇਸ਼ਨ ਨੰਬਰ, ਨੇਮ, ਫਾਦਰ ਨੇਮ, ਮਦਰ ਨੇਮ, ਡੇਟ ਆਫ ਬਰਥ ਸਾਰਾ ਲਿਖਿਆ ਆ ਜਾਏਗਾ। ਅਤੇ ਉਹਦੇ ਸਾਹਮਣੇ ਲਿਖਿਆ ਆਏਗਾ ਵਿਊ ਸਰਟੀਫਿਕੇਟ। ਤੁਹਾਡੇ ਟੋਟਲ ਬੱਚਿਆਂ ਦੀ ਗਿਣਤੀ ਵੀ ਉੱਪਰ ਲਿਖੀ ਆ ਜਾਏਗੀ। ਫਿਰ ਤੁਸੀਂ ਵਿਊ ਸਰਟੀਫਿਕੇਟ 'ਤੇ ਕਲਿੱਕ ਕਰਨਾ ਹੈ। ਜਿਵੇਂ ਤੁਸੀਂ ਵਿਊ ਸਰਟੀਫਿਕੇਟ 'ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਬੱਚੇ ਦਾ ਸਰਟੀਫਿਕੇਟ ਓਪਨ ਹੋ ਜਾਏਗਾ ਜਿਸ ਵਿੱਚ ਉਸਦਾ ਪੂਰਾ ਨਾਮ, ਪਤਾ ਅਤੇ ਨੰਬਰਸ ਆ ਜਾਣਗੇ। ਤੁਸੀਂ ਇਸ ਨੂੰ ਡਾਊਨਲੋਡ ਵੀ ਕਰ ਸਕਦੇ ਹੋ। ਇਸ ਤਰ੍ਹਾਂ ਆਪਸ਼ਨ 'ਤੇ ਜਾ ਕੇ ਕਲਿੱਕ ਕਰੋਗੇ ਅਤੇ ਡਾਊਨਲੋਡ ਅਤੇ ਆਪਣੇ PC ਵਿੱਚ ਉਸਨੂੰ ਸੇਵ ਕਰ ਸਕਦੇ ਹੋ। ਜੇ ਤੁਸੀਂ ਪ੍ਰਿੰਟ ਕਰਨਾ ਚਾਹੋ ਤਾਂ ਡਾਇਰੈਕਟ ਪ੍ਰਿੰਟ 'ਤੇ ਕਲਿੱਕ ਕਰਕੇ ਉਸਦਾ ਪ੍ਰਿੰਟ ਆਊਟ ਵੀ ਲੈ ਸਕਦੇ ਹੋ। ਇਹ ਸੀ ਸਾਡੀ ਅੱਜ ਦੀ ਵੀਡੀਓ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ, ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।